ਜੇ ਮਾੜਾ ਮੋਟਾ ਪੰਜਾਬ ਨੇ ਕੰਮ ਕੀਤਾ ਹੁੰਦਾ ਅੱਜ ਮੁੱਖ ਮੰਤਰੀ ਨੂੰ ਇੱਕ ਸੀਟ, ਮੁੱਖ ਮੰਤਰੀ ਦਾ ਬਾਈ ਇਲੈਕਸ਼ਨ 'ਚ ਜਾਂਦਾ ਹੀ ਨਹੀਂ ਹੁੰਦਾ। ਅੱਜ ਮੁੱਖ ਮੰਤਰੀ ਗਲੀ ਗਲੀ ਇਹ ਪਰਿਵਾਰ ਦੀ ਗੱਲ ਕਰਦੇ ਸੀ, ਵੀ ਪਰਿਵਾਰ ਦਾ ਕੋਈ ਕੰਮ ਨਹੀਂ ਪੋਲੀਟਿਕਸ। ਅੱਜ ਵਾਈਫ ਗਲੀ ਗਲੀ ਫਿਰ ਰਹੇ ਨੇ, ਅੱਜ ਉਹਨਾਂ ਦੀ ਭੈਣ ਗਲੀ ਗਲੀ ਫਿਰ ਰਹੇ ਨੇ, ਬਾਕੀ ਹੁਣ ਆਪਾਂ ਜਾਣਦੇ ਨਹੀਂ ਹੋਰ ਪਰਿਵਾਰ ਦੇ ਜੀ ਕਿੰਨੇ ਫਿਰ ਰਹੇ ਆ। ਇਹ ਤਾਂ ਹਾਲਾਤ ਬਣੀ ਪਈ ਆ। ਜੇ ਕੁਛ ਕੀਤਾ ਹੁੰਦਾ ਮੁੱਖ ਮੰਤਰੀ ਨੂੰ ਸ਼ਿਫਟ ਕਰਨਾ ਪੈਂਦਾ ਯਾਰ। ਅੱਜ ਗਲੀ ਗਲੀ ਸਾਰੇ ਪਰਿਵਾਰ ਨੂੰ ਫਿਰਨਾ ਪੈ ਰਿਹਾ। ਤੁਸੀਂ ਦੇਖੋ ਬਿਲਕੁਲ ਆਮ ਆਦਮੀ ਸਰਕਾਰ ਦਾ ਜਿਹੜਾ ਇਹ ਉਹ ਲੋਕਾਂ ਦੇ ਮੂਹਰੇ ਚਿਹਰਾ ਨੰਗਾ ਹੋ ਚੁੱਕਿਆ। ਸਿਆਸਤ ਵਿੱਚ ਪਰਿਵਾਰਾਂ ਤੇ ਸਵਾਲ ਚੁੱਕਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦਾ ਪੂਰਾ ਪਰਿਵਾਰ ਹੁਣ ਜ਼ਿਮਨੀ ਚੋਣਾਂ ਦੇ ਲਈ ਜਲੰਧਰ ਦੀ ਗਲੀ ਗਲੀ ਘੁੰਮ ਰਿਹਾ ਹੈ। ਸੀਐਮ ਮਾਨ ਨੇ ਆਪਣੀ ਰਿਹਾਇਸ਼ ਤੱਕ ਜਲੰਧਰ ਕਰ ਲਈ ਹੈ ਤੇ ਜੇਕਰ ਇੰਨਾ ਚੰਗਾ ਕੰਮ ਕੀਤਾ ਹੁੰਦਾ ਤਾਂ ਇਹ ਨੌਬਤ ਨਹੀਂ ਆਉਣੀ ਸੀ। ਇਹਨਾਂ ਸ਼ਬਦਾਂ ਦੇ ਨਾਲ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਨਿਸ਼ਾਨਾ ਸਾਧਿਆ। ਜੇ ਮਾੜਾ ਮੋਟਾ ਪੰਜਾਬ ਨੇ ਕੰਮ ਕੀਤਾ ਹੁੰਦਾ ਅੱਜ ਮੁੱਖ ਮੰਤਰੀ ਨੂੰ ਇੱਕ ਸੀਟ, ਮੁੱਖ ਮੰਤਰੀ ਦਾ ਬਾਈ ਇਲੈਕਸ਼ਨ 'ਚ ਜਾਂਦਾ ਹੀ ਨਹੀਂ ਹੁੰਦਾ। ਅੱਜ ਮੁੱਖ ਮੰਤਰੀ ਸਲੀਮ ਸਾਹਿਬ ਉੱਥੋਂ ਆਏ ਆ, ਅੱਜ ਮੁੱਖ ਮੰਤਰੀ ਗਲੀ ਗਲੀ ਇਹ ਪਰਿਵਾਰ ਦੀ ਗੱਲ ਕਰਦੇ ਸੀ ਵੀ ਪਰਿਵਾਰ ਦਾ ਕੋਈ ਕੰਮ ਨਹੀਂ ਪੋਲੀਟਿਕਸ। ਅੱਜ ਵਾਈਫ ਗਲੀ ਗਲੀ ਫਿਰ ਰਹੇ ਨੇ, ਅੱਜ ਉਹਨਾਂ ਦੀ ਭੈਣ ਗਲੀ ਗਲੀ ਫਿਰ ਰਹੇ ਨੇ, ਬਾਕੀ ਹੁਣ ਆਪਾਂ ਜਾਣਦੇ ਨਹੀਂ ਹੋਰ ਪਰਿਵਾਰ ਦੇ ਜੀ ਕਿੰਨੇ ਫਿਰ ਰਹੇ ਆ। ਇਹ ਤਾਂ ਹਾਲਾਤ ਬਣੀ ਪਈ ਆ। ਜੇ ਕੁਛ ਕੀਤਾ ਹੁੰਦਾ ਮੁੱਖ ਮੰਤਰੀ ਨੂੰ ਸ਼ਿਫਟ ਕਰਨਾ ਪੈਂਦਾ ਯਾਰ। ਉਹ ਤਾਂ ਲੋਕ ਵਿਸ਼ਵਾਸ ਕਰਦੇ ਆ ਗੱਲ 'ਤੇ। ਅੱਜ ਗਲੀ ਗਲੀ ਸਾਰੇ ਪਰਿਵਾਰ ਨੂੰ ਫਿਰਨਾ ਪੈ ਰਿਹਾ। ਤੁਸੀਂ ਦੇਖੋ ਬਿਲਕੁਲ ਆਮ ਆਦਮੀ ਸਰਕਾਰ ਦਾ ਜਿਹੜਾ ਇਹ ਉਹ ਲੋਕਾਂ ਦੇ ਮੂਹਰੇ ਚਿਹਰਾ ਨੰਗਾ ਹੋ ਚੁੱਕਿਆ। ਕੋਈ ਵੀ ਉਹਨਾਂ ਦਾ ਵਿਸ਼ਵਾਸ ਉਹ ਬਿਲਕੁਲ ਗਵਾ ਚੁੱਕੇ। ਉਹ ਤਾਂ ਹੁਣ ਠੀਕ ਆ, ਕਨਿਓਰ ਆ, ਜਿੰਨਾ ਚਿਰ ਰਹੂਗੀ ਰਹੂਗੀ, ਜੇ ਆਪਸ ਵਿੱਚ ਲੜ ਲਏ ਜੋ ਮੇਰੇ ਕੋਲ ਖਬਰ ਆ ਉਹ ਬਹੁਤ ਛੇਤੀ ਉਹਨਾਂ ਦੇ ਸਪੀਕਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਪੁੱਛ ਲਿਓ। ਬਾਕੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਉਹ ਤਾਂ ਅੱਜ ਉਹ ਜਨਾਬ ਕਹਿੰਦੇ ਮੈਂ ਹੁਣ ਮੁੱਖ ਮੰਤਰੀ ਜਿਹੜਾ ਘਰ ਆ ਜਲੰਧਰ ਲੈ ਗਿਆ ਤੇ ਐਂ ਕਿੰਨਿਆਂ ਨੂੰ ਕਿਹਨੂੰ ਕਿਹਨੂੰ ਬੇਵਕੂ ਬਣਾਉਂਦੇ ਫਿਰੋਂਗੇ ਵੀ ਹੁਣ ਅਸੀਂ 2.5 ਸਾਲ ਜਲੰਧਰ ਹੀ ਰਹਿਣਾ। ਇਸ ਕਰਕੇ ਪਿੱਛੇ ਵੀ ਵਿਚਾਰ ਰੱਖਣ ਕਿਤੇ ਪਿੱਛੇ ਭੋਖੀ ਨਾ ਕੋਈ ਜਾਵੇ ਚੰਡੀਗੜ੍ਹ ਵਾਲੀ।